ਪਹਿਲੀ ਵਾਰੀ ਕਾਲ ਕਰ ਰਹੇ ਤੁਸੀਂ? ਹਾਂ ਪਹਿਲੀ ਵਾਰ, ਥੈਂਕ ਯੂ ਵੈਰੀ ਮੱਚ। ਹਾਂਜੀ ਮਿਹਰਬਾਨੀ, ਸਵਾਗਤ ਹੈ ਸ਼ੋਅ 'ਚ। ਦੱਸੋ ਕੀ ਪੁੱਛਣਾ ਚਾਹੁੰਦੇ ਤੁਸੀਂ? ਮੇਰੇ ਨਾਲ ਨੇ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ। ਓਕੇ, ਮਾਈ ਕੁਐਸਚਨ ਇਜ਼ ਨਾਟ ਰਿਲੇਟਡ ਟੂ ਟੂਡੇ ਟੌਪਿਕ, ਬਟ ਇਜ਼ ਵੈਰੀ ਮੱਚ ਕੰਸਰਨਡ ਵਿਦ ਦ ਸਿਕਸ, ਯੂ ਨੋ। ਓਕੇ, ਪਹਿਲਾ ਕੁਐਸਚਨ ਹੈ ਮੇਰਾ, ਕੀ ਤੁਸੀਂ ਦੱਸ ਸਕਦੇ ਹੋ ਕਿ ਜਰਨੈਲ ਸਿੰਘ ਪਿੰਡਾਂ ਵਾਲੇ ਦੀ ਫਾਰਮਲ ਕੁਆਲੀਫਿਕੇਸ਼ਨ ਕੀ ਸੀ? ਦੂਜਾ ਕੁਐਸਚਨ ਇਹ ਹੈ ਕਿ ਇਹਨਾਂ ਨੂੰ 21ਵੀਂ ਸਦੀ ਦਾ ਜਾਂ 20ਵੀਂ ਸਦੀ ਦਾ ਮਹਾਨ ਸ਼ਹੀਦ ਕਰਾਰ ਦਿੱਤਾ ਗਿਆ ਹੈ, ਤਾਂ ਤੁਹਾਡੇ ਕੀ ਵਿਚਾਰ ਨੇ ਸ਼ਹੀਦ ਭਗਤ ਸਿੰਘ ਬਾਰੇ? ਉਹਨਾਂ ਨੂੰ ਅੱਜ ਤੱਕ ਸ਼ਹੀਦ ਨਹੀਂ ਗਰਦਾਨਿਆ ਗਿਆ, ਇਹਨਾਂ ਨੂੰ ਤੁਸੀਂ ਸ਼ਹੀਦ ਦੱਸ ਰਹੇ ਹੋ ਆਪਣੇ ਟੀਵੀ 'ਤੇ, ਮੈਂ ਬਹੁਤ ਚੈਨਲ ਵਾਚ ਕਰ ਰਿਹਾ। ਤੀਜਾ ਜਿਹੜਾ ਅਸੀਂ ਇੱਥੇ ਮੈਂ ਨੌਰਥ ਅਮੈਰੀਕਾ ਦੇ ਰਿਹਾ, ਖਾਲਿਸਤਾਨ ਦੇ ਨਾਲ ਲੱਗਦੇ ਨੇ, ਸਾਡੇ ਕੋਲ ਕਰਤਾਰਪੁਰ ਸਾਹਿਬ ਤਾਂ ਹੈ ਨਹੀਂ, ਅਤੇ ਅਸੀਂ ਮੰਗ ਕਰ ਰਹੇ ਹਾਂ ਖਾਲਿਸਤਾਨ ਦੀ, ਇਹਨਾਂ ਬਾਰੇ ਅਗਰ ਤੁਸੀਂ ਜਾਣਕਾਰੀ ਪਾ ਸਕੋ ਤਾਂ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਜੀ, ਮਿਹਰਬਾਨੀ। ਸੰਤ ਜਰਨੈਲ ਸਿੰਘ ਦੀ ਫਾਰਮਲ ਕੁਆਲੀਫਿਕੇਸ਼ਨ ਕੀ ਸੀ, ਇਹਦੇ ਬਾਰੇ ਐਗਜੈਕਟ ਸਾਨੂੰ ਜਾਣਕਾਰੀ ਨਹੀਂ ਹੈ, ਪਰ ਮੇਰੇ ਖਿਆਲ ਕੋਈ ਬਹੁਤੀ ਫਾਰਮਲ ਕੁਆਲੀਫਿਕੇਸ਼ਨ ਹੈ ਨਹੀਂ ਸੀ, ਕਿਉਂਕਿ ਉਹ ਬੜੀ ਛੋਟੀ ਉਮਰ ਦੇ ਵਿੱਚ ਦਮਦਮੀ ਟਕਸਾਲ, ਜਿਹੜੀ ਇੱਕ ਸਿੱਖ ਸੈਮੀਨਰੀ ਆ ਜਿਹਦੇ ਹੈੱਡਕੁਆਟਰਸ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਦੇ ਵਿੱਚ, ਉਹਦੇ ਵਿੱਚ ਚਲੇ ਗਏ ਸੀ, ਔਰ ਉੱਥੇ ਉਹਨਾਂ ਦੀ ਬੇਸਿਕਲੀ ਜਿਹੜੀ ਧਾਰਮਿਕ ਐਜੂਕੇਸ਼ਨ ਜਿਹੜੀ ਆ ਉਹ ਹੋਈ ਆ। ਦੂਜੀ ਜਿਹੜੀ ਫਾਰਮਲ ਐਜੂਕੇਸ਼ਨ ਸਕੂਲਿੰਗ ਜਾਂ ਕਾਲਜ ਜਿਹੜਾ ਵਾ ਉਹ ਮੇਰੇ ਖਿਆਲ ਸ਼ਾਇਦ ਮੇਰੇ ਖਿਆਲ 5ਵੀਂ 7ਵੀਂ ਜਮਾਤ ਤੋਂ ਵੱਧ ਜਾਂ 8ਵੀਂ 10ਵੀਂ ਜਮਾਤ ਤੋਂ ਵੱਧ ਜ਼ਿਆਦਾ ਨਹੀਂ ਸੀ। ਇਹ ਮੇਰਾ ਖਿਆਲ ਆ, ਮੈਨੂੰ ਐਗਜੈਕਟਲੀ ਪਤਾ ਤਾਂ ਨਹੀਂ ਹੈ, ਪਰ ਇਹ ਮੈਨੂੰ ਜ਼ਰੂਰ ਪਤਾ ਵੀ ਬੜੀ ਛੋਟੀ ਉਮਰ ਦੇ ਵਿੱਚ ਉਹ ਦਮਦਮੀ ਟਕਸਾਲ ਦੇ ਵਿੱਚ ਸ਼ਾਮਿਲ ਹੋ ਗਏ ਸਨ। ਦੂਸਰੀ ਗੱਲ ਇਹ ਆ ਵੀ 21ਵੀਂ ਸੈਂਚਰੀ 'ਤੇ ਉਹਨਾਂ ਨੂੰ ਮਹਾਨ ਸ਼ਹੀਦ ਕਰਾਰ ਦਿੱਤਾ ਗਿਆ। ਦੇਖੋ ਇਹ ਮਹਾਨ ਸ਼ਹੀਦ ਕਰਾਰ ਕਰਨਾ ਇਹ ਕਿਸੇ ਟੀਵੀ ਚੈਨਲ ਜਾਂ ਕਿਸੇ ਅਖਬਾਰ ਦੇ ਅਦਾਰੇ ਦਾ ਕੰਮ ਨਹੀਂ ਹੁੰਦਾ, ਇਹ ਕੌਮ ਨੇ ਕਰਨਾ ਹੁੰਦਾ, ਲੋਕਾਂ ਨੇ ਕਰਨਾ ਹੁੰਦਾ। ਸੋ ਲੋਕ ਕਿਸੇ ਨੂੰ ਵੀ ਜੋ ਵੀ ਸਮਝ ਲੈਣ, ਜੋ ਵੀ ਕਰਾਰ ਦੇ ਦੇਣ, ਉਹੋ ਹੀ ਮੰਨਿਆ ਜਾਂਦਾ ਵਾ। ਸੋ ਇਹ ਔਰ ਇਹਦੇ 'ਚ ਇੱਕ ਇੰਡੀਵਿਜੁਅਲ ਲਿਮਿਟੇਸ਼ਨਸ ਹੁੰਦੀਆਂ ਵਾ, ਕੋਈ ਬੰਦਾ ਉਹਨਾਂ ਨੂੰ ਸ਼ਹੀਦ ਮੰਨੂਗਾ, ਕੋਈ ਬੰਦਾ ਉਹਨਾਂ ਨੂੰ ਸ਼ਹੀਦ ਨਹੀਂ ਮੰਨੂਗਾ। ਸਰਕਾਰ ਜਿਹੜੀ ਆ, ਇੰਡੀਅਨ ਗਵਰਨਮੈਂਟ ਜਿਹੜੀ ਆ, ਉਹ ਉਹਨਾਂ ਨੂੰ ਇੱਕ ਮਿਲੀਟੈਂਟ ਕਰਾਰ ਦੇ ਰਹੀ ਆ, ਜਿਨ੍ਹਾਂ ਨੇ ਹਿੰਦੁਸਤਾਨ ਦੇ ਖਿਲਾਫ ਉਹਨਾਂ ਦਿਨਾਂ ਦੇ ਵਿੱਚ ਬਗਾਵਤ ਕੀਤੀ। ਸੋ ਇਹ ਹਰ ਬੰਦੇ ਦਾ ਆਪਣਾ ਇੰਡੀਵਿਜੁਅਲ ਨਜ਼ਰੀਆ ਹੁੰਦਾ ਵਾ, ਉਹਨੂੰ ਤੁਸੀਂ ਕਿਸ ਨਜ਼ਰੀਏ ਦੇ ਵਿੱਚ ਦੇਖਣਾ ਚਾਹੁੰਦੇ ਜੇ। ਦੂਸਰੀ ਗੱਲ ਹੋਈ ਆ ਖਾਲਿਸਤਾਨ ਕਿ ਇਸ ਵੇਲੇ ਅਸੀਂ ਖਾਲਿਸਤਾਨ ਦੀ ਮੰਗ ਕਰ ਰਹੇ ਹਾਂ, ਸਾਥੋਂ ਕਰਤਾਰਪੁਰ ਸਾਹਿਬ ਤਾਂ ਲਿਆ ਨਹੀਂ ਗਿਆ ਅਤੇ ਖਾਲਿਸਤਾਨ। ਦੇਖੋ ਇਹ ਇੱਕ ਵਿਚਾਰਧਾਰਾ ਵਾ, ਇਹਦੇ 'ਚ ਨਾਲ ਬਹੁਤ ਲੋਕ ਸਹਿਮਤ ਨਹੀਂ ਹੋਣਗੇ, ਕੁਝ ਲੋਕ ਸਹਿਮਤ ਵੀ ਹੋਣਗੇ। ਇਹਦੀ ਜ਼ਿਆਦਾ ਇਸ ਵੇਲੇ ਮੈਂ ਵੇਖ ਰਿਹਾ ਵਾਂ ਕਿ ਇਹਦੀ ਡਿਮਾਂਡ ਜਿਹੜੀ ਆ ਬਾਹਰਲੇ ਮੁਲਕਾਂ ਦੇ ਵਿੱਚ ਆ। ਇਸ ਵੇਲੇ ਇੱਥੇ ਜਿਹੜੀਆਂ ਪਾਰਟੀਆਂ ਖਾਲਿਸਤਾਨ ਦੀ ਮੰਗ ਕਰ ਰਹੀਆਂ ਉਹਨਾਂ ਨੂੰ ਬਹੁਤ ਵੋਟ ਨਹੀਂ ਮਿਲਦੀ ਲਗਾਤਾਰ। ਮੇਰੇ ਖਿਆਲ ਇਹ 1989 ਤੋਂ ਬਾਅਦ ਜਿੰਨੀਆਂ ਇਲੈਕਸ਼ਨਸ ਹੋਈਆਂ ਵਾਂ, ਜਿਹੜੀ ਵੀ ਪਾਰਟੀ ਖਾਸ ਕਰਕੇ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਖਾਲਿਸਤਾਨ ਦੀ ਮੰਗ ਕਰ ਰਿਹਾ ਵਾ, ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਇੱਕ ਵਾਰੀ ਉਹ ਸਰੂਰ ਤੋਂ ਜ਼ਰੂਰ ਜਿੱਤੇ ਸਨ, ਉਸ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਲੇਕਿਨ ਇਹ ਜ਼ਰੂਰ ਹੈ ਕਿ ਇਹ ਖਾਲਿਸਤਾਨ ਮੂਵਮੈਂਟ ਜਿਹੜੀ ਆ, ਜਿਹੜੀ 1980 ਦੇ ਦਹਾਕੇ 'ਚ ਇੱਕ ਤਰੀਕੇ ਨਾਲ ਪਹਿਲੀ ਵਾਰੀ ਆਵਾਜ਼ ਚੁੱਕੀ, ਉਹ ਲਗਾਤਾਰ ਉਹਦੀ ਆਵਾਜ਼ ਜਿਹੜੀ ਆ ਅੱਜ ਵੀ ਸੁਣਾਈ ਦੇ ਰਹੀ ਆ। ਇਹ ਕਿੰਨੀ ਕੁ ਸਟਰੋਂਗ ਆ, ਕਿੰਨੀ ਕੁ ਨਹੀਂ ਸਟਰੋਂਗ, ਇਹ ਅਗੇਨ ਆਪਣਾ ਆਪਣਾ ਅੰਦਾਜ਼ੇ ਆਪਾਂ ਲਾ ਸਕਦੇ ਹਾਂ। ਮੈਂ ਜਿਵੇਂ ਕਹਿਣਾ ਚਾਹੁੰਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਮੈਂ ਪਿੱਛੇ ਜੇ ਨੌਰਥ ਅਮੈਰੀਕਾ ਗਿਆ ਵਾਂ, ਮੈਂ ਸਿੱਖ ਡੇ ਪਰੇਡ ਵੀ ਦੇਖੀ ਆ ਨਿਊਯਾਰਕ ਦੇ ਵਿੱਚ, ਬਹੁਤ ਜ਼ਿਆਦਾ ਉੱਥੇ ਮੈਂ ਵੇਖੇ ਵੀ ਬਹੁਤ ਜ਼ਿਆਦਾ ਬੈਨਰ ਸਨ, ਬਹੁਤ ਜ਼ਿਆਦਾ ਲੋਕ ਇਹਦੇ ਬਾਰੇ ਗੱਲ ਕਰ ਰਹੇ ਸੀ। ਲੇਕਿਨ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਸ ਵੇਲੇ ਇਹਦੀ ਮੰਗ ਜਾਂ ਹੈ ਨਹੀਂ, ਔਰ ਜੇ ਹੈ ਵੀ ਆ ਤਾਂ ਬਹੁਤ ਦਬੀ ਆਵਾਜ਼ ਦੇ ਵਿੱਚ ਉੱਠਦੀ ਆ। ਲੇਕਿਨ ਕਈ ਮਸਲੇ ਜਦੋਂ ਉਹ ਉੱਭਰ ਕੇ ਆਉਂਦੇ ਆ, ਉਹਦੇ ਵੇਲੇ ਕਈ ਵਾਰ ਸਿੱਖ ਕਮਿਊਨਿਟੀ ਦੀ ਬਹੁਤ ਭਾਰੀ ਸਪੋਰਟ ਉਹਨਾਂ ਮਸਲਿਆਂ ਨੂੰ ਮਿਲਦੀ ਹੈ।